26 ਜਨਵਰੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਆਤੰਕੀ ਘਟਨਾ ਨਾ ਹੋਏ ਇਹਨੂੰ ਲੈ ਕੇ ਸੁਰੱਖਿਆ ਏਜੰਸੀਆਂ ਪੂਰੀਆਂ ਅਲਰਟ ਨੇ। ਪੂਰੀ ਦਿੱਲੀ ਦੇ ਵਿੱਚ ਪਬਲਿਕ ਪਲੇਸਿਸ ਤੇ ਕੁਝ ਪੋਸਟਰ ਲਾਏ ਗਏ ਨੇ, ਅਸੀਂ ਉਹ ਪੋਸਟਰ ਤੁਹਾਨੂੰ ਦਿਖਾਉਣਾ ਚਾਹਾਂਗੇ। ਜਿਸ ਤਰ੍ਹਾਂ ਇਹ ਉਦਯੋਗ ਭਵਨ ਮੈਟਰੋ ਸਟੇਸ਼ਨ ਹੈ, ਕਾਫੀ ਪੌਸ਼ ਇਲਾਕਾ ਹੈ, ਤਿੰਨ ਤਰ੍ਹਾਂ ਦੇ ਪੋਸਟਰ ਲੱਗੇ ਨੇ, ਇੱਕ ਅਲਕਾਇਦਾ ਦੇ, ਇੱਕ ਜਿਹੜੇ ਇੰਡੀਅਨ ਮੁਜਾਹਿਦੀਨ ਦੇ, ਤੀਜੀ ਜਿਹਦੀ ਅਸੀਂ ਗੱਲ ਕਰਨਾ ਚਾਹਾਂਗੇ ਇਹ ਬੱਬਰ ਖਾਲਸਾ ਅਤੇ ਇਹਦੇ ਨਾਲ ਦਲ ਖਾਲਸਾ, ਇਹਨਾਂ ਦੇ ਆਤੰਕੀਆਂ ਦੇ ਪੋਸਟਰ ਲੱਗੇ ਨੇ। ਗਜਿੰਦਰ ਸਿੰਘ ਨਾਮ ਵੀ ਬਕਾਇਦਾ ਦਿੱਤੇ ਹੋਏ ਨੇ, ਜਗਤਾਰ ਸਿੰਘ ਪੰਜੋਲਾ, ਵੀਕੇਆਈ ਵਿਲੇਜ, ਪੰਜਵਾੜਾ ਡਿਸਟ੍ਰਿਕਟ ਰੋਪੜ, ਪੁਰਸ਼ੋਤਮ ਸਿੰਘ ਪੰਮਾ, ਇਹ ਵੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨੇ। ਅਤੇ ਇਹਨਾਂ ਨੂੰ ਅਗਰ ਕੋਈ ਦੇਖਦਾ ਹੈ ਜਿਹਦੀ ਤਲਾਸ਼ ਦਿੱਲੀ ਪੁਲਿਸ ਨੂੰ ਹੈ, ਤਾਂ ਉਹਨੂੰ ਪੁਲਿਸ ਕੰਟਰੋਲ ਰੂਮ 100 ਨੰਬਰ 'ਤੇ ਡਿਊਟੀ ਅਫਸਰ ਅਤੇ CSS ਇਹਨਾਂ ਸਾਰਿਆਂ ਦੇ ਫੋਨ ਨੰਬਰ ਵਗੈਰਾ ਦਿੱਤੇ ਹੋਏ ਨੇ। ਅਤੇ ਇਹਦੇ ਨਾਲ ਹੀ ਜਿਹੜੇ ਇੰਡੀਅਨ ਮੁਜਾਹਿਦੀਨ, ਇਹਨਾਂ ਦੇ ਵੀ ਕੁਛ ਪੋਸਟਰ ਜਿਹੜੇ ਲਾਏ ਗਏ ਨੇ, ਜਿਵੇਂ ਆਜਮਗੜ੍ਹ ਮੋਡਿਊਲ ਆਫ ਇੰਡੀਅਨ ਮੁਜਾਹਿਦੀਨ ਹੈ, ਉਹਦਾ ਮੁਹੰਮਦ ਖਾਲਿਦ। ਅਤੇ ਤੀਜੀ ਗੱਲ ਕਰੀਏ ਅਲਕਾਇਦਾ, ਅਲਕਾਇਦਾ ਦੇ ਜਿਹੜੇ ਆਤੰਕੀ ਨੇ ਜਿਹੜੇ ਹਮਲਾ ਕਰ ਸਕਦੇ ਨੇ, ਜਿਹੜੇ ਅਸ਼ਾਂਤੀ ਫੈਲਾ ਸਕਦੇ ਨੇ, ਉਹਨਾਂ ਦੇ ਪੋਸਟਰ ਲਾਏ ਗਏ ਨੇ। ਜਿਹੜੇ ਬੱਬਰ ਖਾਲਸਾ ਦੇ ਪੋਸਟਰ ਨੇ, ਇਹ ਜਦੋਂ ਵੀ ਕੋਈ 26 ਜਨਵਰੀ ਜਾਂ ਵੱਡਾ ਕੋਈ ਚੀਜ਼ ਹੁੰਦੀ ਹੈ, ਕਿਉਂਕਿ ਹਮੇਸ਼ਾ ਅਲਰਟ 'ਤੇ ਰੱਖਿਆ ਜਾਂਦਾ, ਹਮੇਸ਼ਾ ਇਹ ਮੰਨਿਆ ਜਾ ਰਿਹਾ ਕਿ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਤੋਂ ਹਾਲੇ ਵੀ ਇਹ ਮੋਡਿਊਲ ਜਿਹੜੇ ਨੇ ਆਪਰੇਟ ਕਰਦੇ ਨੇ ਇੰਡੀਆ ਦੇ ਵਿੱਚ। ਕੁਝ ਦਿਨ ਪਹਿਲਾਂ ਹੀ ਇੱਕ ਬੜੀ ਇੱਕ ਇਨਫੋਰਮੇਸ਼ਨ ਸੁਰੱਖਿਆ ਏਜੰਸੀਆਂ ਨੂੰ ਆਈ ਸੀਗੀ ਕਿ ਸਾਰਿਆਂ ਦੀ ਇੱਕ ਮੀਟਿੰਗ ਹੋਈ ਹੈ ਅਤੇ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦਹਿਲਾਇਆ ਜਾਏ ਉਹਨੂੰ ਲੈ ਕੇ ਚਰਚਾ ਕੀਤੀ ਗਈ ਹੈ। ਤਾਂ ਉਹਦੇ ਪਹਿਲਾਂ ਹੀ 26 ਜਨਵਰੀ ਦੇ ਵਿੱਚ ਇਹੋ ਜਿਹੀ ਕੋਈ ਘਟਨਾ ਨਾ ਹੋਈ, ਇਸ ਕਰਕੇ ਪੋਸਟਰ ਲਗਾਏ ਗਏ ਨੇ, ਕਿਉਂਕਿ ਇਹਨਾਂ ਦੀ ਤਲਾਸ਼ ਕਾਫੀ ਸਾਲਾਂ ਤੋਂ ਦਿੱਲੀ ਪੁਲਿਸ ਨੂੰ ਹੈ। ਪਰ ਵੱਖ ਵੱਖ ਤਰੀਕੇ ਨਾਲ, ਕੋਈ ਕਹਿੰਦਾ ਪਾਕਿਸਤਾਨ ਦੇ ਵਿੱਚ ਨੇ, ਕੋਈ ਕਹਿੰਦਾ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ, ਪਰ ਆਪਣੇ ਬੰਦਿਆਂ ਦੇ ਜ਼ਰੀਏ ਇਹ ਇੱਥੇ ਕੁਛ ਨਾ ਕੁਛ ਕਰਾ ਸਕਦੇ ਨੇ। ਅਤੇ ਕੋਈ ਅਗਰ ਇਹਨਾਂ ਨੂੰ ਦੇਖਦਾ ਤਾਂ ਉਹਨਾਂ ਦੀ ਪਹਿਚਾਣ ਗੁਪਤ ਰੱਖੀ ਜਾਏਗੀ, ਤਾਂ ਉਹਨਾਂ ਨੇ ਨਾਮ ਵੀ ਦਿੱਤਾ ਜਾਏਗਾ। ਦਿੱਲੀ ਪੁਲਿਸ ਵੱਲੋਂ ਕਿਹਾ ਗਿਆ ਹੈ, ਪੋਸਟਰ ਪੂਰੀ ਦਿੱਲੀ ਦੇ ਵਿੱਚ ਲਗਾ ਦਿੱਤੇ ਗਏ ਨੇ। ਦਿੱਲੀ ਤੋਂ ਕੈਮਰਾਮੈਨ ਲਕਸ਼ਣ ਨਾਲ ਨਿਤਿਨ ਨਵਾਨ, ਦੈਨਿਕ ਸਵਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।